हेलो दोस्तों, पंजाबी रसोई देसी नुस्खे वालों सबनों सत श्री अकाल। अज दोस्तों असं थोड़े लिए लै के आए हैं अखा की रोशनी वधाउन वास्ते तो चश्मे तो छुटकारा पाउन वास्ते बहुत ही आसान देसी नुस्खा। जिवें कि तुसीं जानते हो, साडियां अखां साडे शरीर दा एक अनमोल हिस्सा है। दिन में होने वाली 90% क्रियावां नूं असीं अपनी अखां दे जरिए देख पाउंदे हाँ। ਵੱਧਦੀ ਉਮਰ ਦੇ ਨਾਲ ਸਾਡੀਆਂ ਅੱਖਾਂ ਦੀ ਰੋਸ਼ਨੀ ਥੋੜ੍ਹੀ ਘੱਟ ਹੋਣ ਲੱਗ ਜਾਂਦੀ ਹੈ, ਜੋ ਕਿ ਆਮ ਗੱਲ ਹੈ। ਪਰ ਅੱਖਾਂ ਦੀ ਰੋਸ਼ਨੀ ਘੱਟ ਹੋਣ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ। ਜੇਕਰ ਤੁਸੀਂ ਚਸ਼ਮੇ ਤੋਂ ਪਰੇਸ਼ਾਨ ਹੋ ਅਤੇ ਆਪਣੀ ਅੱਖਾਂ ਦੀ ਰੋਸ਼ਨੀ ਦੁਬਾਰਾ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਬਿਲਕੁਲ ਸਹੀ ਵੀਡੀਓ ਦੇਖ ਰਹੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਪਾ ਸਕਦੇ ਹੋ ਅੱਖਾਂ ਦੀ ਤੇਜ਼ ਰੋਸ਼ਨੀ ਅਤੇ ਚਸ਼ਮੇ ਤੋਂ ਛੁਟਕਾਰਾ। ਇਸ ਲਈ ਸਾਨੂੰ ਚਾਹੀਦਾ ਹੈ ਸਿਰਫ ਦੋ ਚੀਜ਼ਾਂ, ਇੱਕ ਕੇਸਰ ਜੋ ਕਿ ਆਪਣੀ ਛੋਟੀ ਚੁਟਕੀ ਚਾਹੀਦੀ ਹੈ, ਅਤੇ ਇੱਕ ਸਾਦਾ ਸਾਫ ਪਾਣੀ। ਇਸ ਨੂੰ ਬਣਾਉਣਾ ਕਿਵੇਂ ਆ? ਬਸ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਦੇ ਜ਼ਰੀਏ ਆਪਣੀ ਅੱਖਾਂ ਦੀ ਰੋਸ਼ਨੀ ਦੁਬਾਰਾ ਪਾ ਸਕਦੇ ਹੋ। ਤੁਹਾਨੂੰ ਸਿਰਫ ਕੇਸਰ ਦੀ ਚਾਹ ਬਣਾਉਣ ਦੀ ਜ਼ਰੂਰਤ ਹੈ। ਪਾਣੀ ਨੂੰ ਉਬਾਲ ਲੈਣਾ ਹੈ ਅਤੇ ਉਸ ਵਿੱਚ ਕੇਸਰ ਪਾ ਦੇਣਾ। ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਵੀ ਪਾ ਸਕਦੇ ਹੋ ਤਾਂ ਜੋ ਇਸ ਦੀ ਮਿਠਾਸ ਬਣ ਸਕੇ। ਅਤੇ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਕੇਸਰ ਦੀ ਚਾਹ ਦਾ ਸੇਵਨ ਕਰਨ ਨਾਲ ਤੁਸੀਂ ਬਹੁਤ ਹੀ ਵਧੀਆ ਨਤੀਜੇ ਪਾਓਗੇ। ਅਤੇ ਹੋਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਹੋਰ ਕਈ ਫਾਇਦੇ ਹੁੰਦੇ ਹਨ, ਜਿਵੇਂ ਕਿ ਗਠੀਏ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਕਸਰੋਲ ਦਾ ਸਤਰ ਘੱਟ ਕਰਨ ਵਿੱਚ ਵੀ ਕੇਸਰ ਦੀ ਚਾਹ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਾਡੇ ਸਰੀਰ ਵਿੱਚ ਖੂਨ ਦੀ ਸਫਾਈ ਕਰਨ ਵਿੱਚ ਵੀ ਸਹਾਇਕ ਹੈ। ਖੂਨ ਸੰਚਾਰ ਨੂੰ ਸਹੀ ਰੱਖਣ ਵਿੱਚ ਵੀ ਇਸਦੇ ਅਨੇਕ ਫਾਇਦੇ ਹਨ। ਦੋਸਤੋ, ਇਹ ਨੁਸਖਾ ਤੁਹਾਡੇ ਲਈ ਬਹੁਤ ਲਾਭਦਾਇਕ ਹੈ। ਜੇ ਤੁਹਾਡੇ ਅੱਖਾਂ ਦੀ ਰੋਸ਼ਨੀ ਘੱਟ ਆ ਜਾਂ ਐਨਕ ਲੱਗੀ ਆ, ਥੋੜ੍ਹੀ ਘੱਟ ਆ, ਤੁਸੀਂ ਇਹ ਨੁਸਖਾ ਅਪਣਾ ਕਰਕੇ ਬਹੁਤ ਹੀ ਜਲਦੀ ਆਪਦੀਆਂ ਅੱਖਾਂ ਨੂੰ ਦੀ ਰੋਸ਼ਨੀ ਨੂੰ ਠੀਕ ਕਰ ਸਕਦੇ ਹੋ। ਦੋਸਤੋ, ਸਾਨੂੰ ਉਮੀਦ ਹੈ ਤੁਹਾਡੇ ਲਈ ਇਹ ਸਾਡੀ ਬਣਾਈ ਗਈ ਇੱਕ ਵੀਡੀਓ, ਛੋਟੀ ਜਿਹੀ ਵੀਡੀਓ ਤੁਹਾਡੇ ਬਹੁਤ ਹੀ ਕੰਮ ਆਊਗੀ। ਸੋ ਦੋਸਤੋ, ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਅੱਗੇ ਵੀ ਪਤਾ ਲੱਗ ਸਕੇ ਅਤੇ ਇਸ ਦੇ ਨਾਲ ਹੋਰ ਵੀ ਕਿਸੇ ਦਾ ਭਲਾ ਹੋ ਸਕੇ। ਤਾਂ ਦੋਸਤੋ, ਅਸੀਂ ਇਸੇ ਤਰ੍ਹਾਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂ। ਤੁਸੀਂ ਅੱਗੇ ਸਾਡੀਆਂ ਵੀਡੀਓ ਹੋਰ ਦੇਖਣ ਲਈ ਸਾਡੇ ਚੈਨਲ ਨੂੰ ਨੀਚੇ ਦਿੱਤੇ ਹੋਏ ਰੈੱਡ ਬਟਨ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਅਤੇ ਲੇਟੈਸਟ ਅਪਡੇਟ ਲਈ ਬੈਲ ਬਟਨ ਨੂੰ ਦਬਾਓ ਅਤੇ ਸਾਡੀਆਂ ਨਵੀਆਂ ਤੋਂ ਨਵੀਆਂ ਵੀਡੀਓ ਆਪਣੇ ਤੱਕ ਪਹੁੰਚਣ ਤੱਕ ਸਹਾਇਕ ਕਰੋ। ਇਸ ਤਰ੍ਹਾਂ ਅਸੀਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।